ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਮੈਂ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ 2024 ਦੀ ਜੋ ਨਵੀਂ ਆਈ ਹੈ ਉਸ ਬਾਰੇ ਪੂਰੀ ਜਾਣਕਾਰੀ ਦਵਾਂਗਾ ਬਹੁਤ ਸਾਰੇ ਕੈਂਡੀਡੇਟ ਬਾਰ-ਬਾਰ ਪੁੱਛ ਰਹੇ ਸੀ ਕਿ ਉਮਰ ਕਿੰਨੀ ਹੈ ਕੁਆਲਿਫਿਕੇਸ਼ਨ ਕਿੰਨੀ ਹੈ ਕਿੰਨੇ ਪੇਪਰ ਹੋਣਗੇ ਤੁਹਾਡੇ ਸਾਰੇ ਡਾਊਟ ਇਸ ਵੀਡੀਓ ਦੇ ਵਿੱਚ ਮੈਂ ਕਲੀਅਰ ਕਰ ਦੇਣੇ ਆ ਅਫੀਸ਼ੀਅਲ ਨੋਟੀਫਿਕੇਸ਼ਨ ਮੈਂ ਆਪਣੇ ਟੈਲੀਗ੍ਰam ਦੇ ਉੱਤੇ ਪਾਇਆ ਹੋਇਆ ਠੀਕ ਹੈ ਸਾਰੇ ਜਾਨੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ ਜੋ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ ਇਹੀ ਮੇਰਾ ਨੰਬਰ ਹੈ ਸਿਰਫ ਇਹੀ ਨੰਬਰ ਹੈ ਇਸ ਦੇ ਉੱਤੇ ਹੀ ਮੈਸੇਜ ਕਰਿਓ ਇਸ ਦੇ ਉੱਤੇ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਠੀਕ ਹੈ ਆ ਦੇਖ ਲਓ ਮੈਂ ਲਿੰਕ ਵੀ ਇੱਥੇ ਪਾਇਆ ਹੋਇਆ 14 ਮਾਰਚ ਤੋਂ ਇਹਨਾਂ ਪੋਸਟਾਂ ਦੇ ਲਈ ਜਿਹੜੀ ਅਪਲਾਈ ਹੈ ਉਹ ਸ਼ੁਰੂ ਹੋ ਗਿਆ ਹੈ ਠੀਕ ਹੈ 14 ਮਾਰਚ ਤੋਂ ਅਪਲਾਈ ਜਿਹੜੀ ਡੇਟ ਹੈ ਇਹ ਅਪਲਾਈ ਕਰਨ ਦੀ ਠੀਕ ਹੈ ਪੂਰਾ ਨੋਟੀਫਿਕੇਸ਼ਨ ਵੀ ਇੱਥੇ ਪਾਇਆ ਹੋਇਆ ਹੈ ਤੇ ਸਾਰੀ ਡਿਟੇਲ ਹੈ ਜਿਹੜੀ ਇਹ ਆਪਾਂ ਦੇਖ ਲੈਣੇ ਆ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਆ ਇਹ ਪੂਰਾ ਆਫੀਸ਼ੀਅਲ ਨੋਟਿਸ ਜਿਹੜਾ ਇਹ ਇਹਨਾਂ ਪੋਸਟਾਂ ਦਾ ਉਹ ਆ ਚੁੱਕਿਆ ਹੈ ਠੀਕ ਹੈ ਸੋ ਇੰਪੋਰਟੈਂਟ ਡੇਟਸ ਤੁਸੀਂ ਦੇਖ ਲਓ ਹੁਣ ਆਪਾਂ ਗੱਲ ਕਰਦੇ ਆ ਕੁਆਲੀਫਿਕੇਸ਼ਨ ਦੀ ਤਾਂ ਕੁਆਲੀਫਿਕੇਸ਼ਨ ਇਸ ਦੇ ਲਈ ਮਿਨੀਮਮ ਚਾਹੀਦੀ ਹੈ +2 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਪੰਜਾਬੀ ਦਾ ਪੇਪਰ ਜੇ ਪੋਸਟਾਂ ਦੀ ਗੱਲ ਕਰੀਏ ਤਾਂ ਲਗਭਗ 1800 ਦੇ ਕਰੀਬ ਕੁੱਲ ਪੋਸਟਾਂ ਐ ਠੀਕ ਹੈ ਸੋ ਅਲੱਗ-ਅਲੱਗ ਕੈਟਾਗਰੀ ਦੀਆਂ ਇਹ ਕੁੱਲ ਪੋਸਟਾਂ ਜਿਵੇਂ ਜਰਨਲ ਦੇ ਵਿੱਚ 410 ਹੈ ਇੱਥੇ ਫੀਮੇਲ ਦੀਆਂ ਪੋਸਟਾਂ ਇਹਨਾਂ ਵਿੱਚੋਂ ਈਆਂ ਅਲੱਗ-ਅਲੱਗ ਕੈਟਾਗਰੀ ਵਾਈਜ਼ ਇਹ ਫੀਮੇਲ ਦੀਆਂ ਪੋਸਟਾਂ ਆ ਜਾਣਗੀਆਂ ਇਸ ਤਰ੍ਹਾਂ ਤੁਸੀਂ ਇਸ ਪੀਡੀਐਫ ਨੂੰ ਦੇਖਣਾ ਹੈ ਡਿਸਟ੍ਰਿਕਟ ਅਤੇ ਆਰਮਡ ਕੈਟਰ ਦੇ ਵਿੱਚ ਇਹ ਭਾਰਤੀ ਹੈ ਜਿਹੜੀ ਇਹ ਆਈ ਹੈ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਪੇ ਸਕੇਲ ਦੀ ਤਾਂ ਬੇਸਿਕ ਸੈਲਰੀ ਤੁਹਾਡੀ 19900 ਰਹੂਗੀ ਠੀਕ ਹੈ ਅ ਮਿਨੀਮਮ ਏਜ ਦੀ ਜੇ ਪਾ ਗੱਲ ਕਰੀਏ ਉਮਰ ਕਿੰਨੀ ਚਾਹੀਦੀ ਹੈ 1 ਜਨਵਰੀ 2024 ਨੂੰ 18 ਸਾਲ ਦੇ ਤੁਸੀਂ ਹੋਣੇ ਚਾਹੀਦੇ ਆ ਅਤੇ ਮੈਕਸਿਮਮ ਏਜ ਜਰਨਲ ਲਈ 28 ਸਾਲ ਹੈ 1 ਜਨਵਰੀ 2024 ਤੱਕ ਜਿਹਦੀ ਉਮਰ 18 ਅਤੇ 28 ਦੇ ਵਿੱਚ ਵਿੱਚ ਹੈ ਜਰਨਲ ਵਾਲੇ ਉਹ ਅਪਲਾਈ ਕਰ ਸਕਦੇ ਆ ਬਾਕੀ ਅਦਰ ਕੈਟਾਗਰੀ ਲਈ 33 ਸਾਲ ਹੈ ਐਸ ਸੀ ਬੀ ਸੀ ਕੈਟਾਗਰੀ ਲਈ ਠੀਕ ਹੈ ਸੋ ਇਹ ਤੁਸੀਂ ਪੂਰੀ ਪੀਡੀਐਫ ਦੇਖ ਲਿਓ ਬਾਕੀ ਮੈਂ ਤੁਹਾਨੂੰ ਮੇਨ ਪੁਆਇੰਟ ਆ ਜਿਹੜੇ ਉਹ ਦੱਸ ਦੂੰਗਾ ਪਲੱਸ 2 ਚਾਹੀਦੀ ਐ ਠੀਕ ਐ ਉਸ ਤੋਂ ਬਾਅਦ ਜੇ ਆਪਾਂ ਫਿਜ਼ੀਕਲ ਸਟੈਂਡਰਡਸ ਦੀ ਗੱਲ ਕਰੀਏ ਤਾਂ ਮੇਲ ਦੇ ਲਈ ਘੱਟੋ ਘੱਟ ਹਾਈਟ 5 ਫੁੱਟ 7 ਇੰਚ ਚਾਹੀਦੀ ਐ ਫੀਮੇਲ ਦੇ ਲਈ 5 ਫੁੱਟ 2 ਇੰਚ ਚਾਹੀਦੀ ਐ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਕਿਸ ਤਰ੍ਹਾਂ ਹੋਊਗਾ ਅ ਅਲੱਗ-ਅਲੱਗ ਸਟੇਜਾਂ ਦੇ ਵਿੱਚ ਹੋਊਗਾ ਸਟੇਜ 1 ਦੇ ਵਿੱਚ ਆ ਤੁਹਾਡੇ ਜਿਹੜੇ ਪੇਪਰ ਆ ਉਹ ਦੋ ਪੇਪਰ ਹੋਣੇ ਆ ਸੀਵੀਟੀ ਕੰਪਿਊਟਰ 베ਸਡ ਪੇਪਰ ਹੋਣਗੇ ਪੇਪਰ 1 ਅਤੇ ਪੇਪਰ 2 ਪੇਪਰ 1 ਦਾ ਸਿਲੇਬਸ ਕੀ ਹੋਊਗਾ ਤੇ 2 ਦਾ ਉਹ ਮੈਂ ਅੱਗੇ ਜਾ ਕੇ ਦੱਸੂਗਾ ਪੇਪਰ 1 ਤੁਹਾਡਾ ਮੇਨ ਪੇਪਰ ਹੋਊਗਾ 100 ਨੰਬਰ ਦਾ ਪੇਪਰ 2 50 ਨੰਬਰ ਦਾ ਹੋਊਗਾ ਜਿਸ ਵਿੱਚੋਂ ਤੁਸੀਂ 25 ਨੰਬਰ ਲੈਣੇ ਹੋਣਗੇ ਤੇ 25 ਨੰਬਰ ਉਹ ਤੁਹਾਨੂੰ ਤਾਂ ਹੀ ਆਉਣਗੇ ਜੇ ਤੁਸੀਂ ਵਧੀਆ ਤਿਆਰੀ ਕਰੋਗੇ ਪੰਜਾਬੀ ਦੇ ਪੇਪਰ ਦੀ ਬਹੁਤ ਸਾਰੇ ਕੈਂਡੀਡੇਟ ਪਿਛਲੇ ਸਾਲ ਵੀ ਫੇਲ ਹੋ ਗਏ ਨੋਰਮਲਾਈਜੇਸ਼ਨ ਲਾ ਕੇ ਤਾਂ ਤੁਸੀਂ ਇਹ 50 ਦੇ ਵਿੱਚੋਂ 25 ਨਾ ਸਮਝੋ ਕਿ 25 ਨੰਬਰ ਲੈਣੇ ਆ ਤੁਸੀਂ ਲਗਭਗ 37 ਜਾਂ 38 ਨੰਬਰ ਲੈਣੇ ਆ ਤਾਂ ਤੁਸੀਂ ਆਪਣੇ ਆਪ ਨੂੰ ਸੇਫ ਸਮਝਿਓ ਠੀਕ ਹੈ ਸੋ ਜਰੂਰ ਤਿਆਰੀ ਇਸ ਪੇਪਰ ਦੀ ਵੀ ਤੁਸੀਂ ਕਰਿਓ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਜੋ ਟੈਸਟ ਹੈ ਉਹ ਹੋਊਗਾ ਠੀਕ ਹੈ ਮੈਰਿਟ ਦੇ ਹਿਸਾਬ ਨਾਲ ਫਿਜ਼ੀਕਲ ਟੈਸਟ ਲਈ ਬੁਲਾਇਆ ਜਾਊਗਾ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਥਰਡ ਸਟੇਜ ਦੇ ਵਿੱਚ ਠੀਕ ਹੈ ਸੋ ਕੋਈ ਵੀ ਨੈਗੇਟਿਵ ਮਾਰਕਿੰਗ ਇਸ ਪੇਪਰ ਦੇ ਵਿੱਚ ਨਹੀਂ ਹੈ ਤੁਸੀਂ ਤੁੱਕੇ ਵੀ ਲਗਾ ਸਕਦੇ ਆ ਸਿਲੇਬਸ ਦੀ ਜੇ ਗੱਲ ਕਰੀਏ 35 ਨੰਬਰ ਦੀ ਤੁਹਾਡੀ ਜਰਨਲ ਅਵੇਅਰਨੈਸ ਹੋਊਗੀ ਜਿਸ ਦੇ ਵਿੱਚ ਕਨਸਟੀਟਿਊਸ਼ਨ ਨਾਲ ਰਿਲੇਟਡ ਕੁਐਸਚਨ ਹੋਣਗੇ ਠੀਕ ਹੈ ਹਿਸਟਰੀ ਜੀਓਗ੍ਰਾਫੀ ਕਲਚਰ ਐਂਡ ਇਕਨੋਮੀ ਆਫ ਪੰਜਾਬ ਨਾਲ ਰਿਲੇਟਡ ਕੁਐਸਚਨ ਹੋਣਗੇ ਬੇਸਿਕ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਕੁਐਸਚਨ ਹੋਣਗੇ ਕਰੰਟ ਅਫੇਅਰ ਹੋਣਗੇ ਨੈਕਸਟ ਅ ਮੈਥ ਅਤੇ ਰੀਜ਼ਨਿੰਗ ਦੇ ਇਹ ਸਾਰੇ ਟੌਪਿਕ ਤੁਸੀਂ ਦੇਖ ਲਓ ਇਹ ਸਾਰੇ ਟੌਪਿਕ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ ਇੰਗਲਿਸ਼ ਦੇ ਇਹ ਟੌਪਿਕ ਦੇਖ ਲਓ ਪੰਜਾਬੀ ਦੇ ਬੇਸਿਕ ਪੰਜਾਬੀ ਗ੍ਰਾਮਰ 10 ਨੰਬਰ ਦੀ ਹੋਊਗੀ ਤੇ ਕੰਪਿਊਟਰ ਦੇ ਇਹ ਕੁਸ਼ਣ ਤੁਹਾਨੂੰ ਹੋਣਗੇ ਠੀਕ ਹੈ 네ਗੇਟਿਵ ਮਾਰਕਿੰਗ ਨਹੀਂ ਹੈ ਇਸ ਪੇਪਰ ਦੇ ਵਿੱਚ ਬਾਕੀ ਇਹ ਸਾਰੀ ਪੀਡੀਐਫ ਤੁਸੀਂ ਇਹ ਪੜ ਸਕਦੇ ਆ ਠੀਕ ਹੈ ਜੇ ਹੁਣ ਆਪਾਂ ਗੱਲ ਕਰੀਏ ਜੋ ਤੁਹਾਡਾ ਫਿਜ਼ੀਕਲ ਟੈਸਟ ਹੋਣਾ ਉਸ ਦੇ ਵਿੱਚ ਕੀ ਕੀ ਹੋਊਗਾ 1600 ਮੀਟਰ ਦੀ ਰੇਸ ਹੋਊਗੀ ਤੁਹਾਡੀ ਠੀਕ ਹੈ ਤੁਹਾਨੂੰ 6.5 ਮਿੰਟ ਮਿਲਣਗੇ ਜੋ ਕਿ ਮੇਲ ਕੈਂਡੀਡੇਟ ਹੈ ਉਹਨਾਂ ਨੂੰ ਤੇ 3.80 ਮੀਟਰ ਦੇ ਤਿੰਨ ਚਾਂਸ ਲੋング ਜੰਪ ਦੇ ਵਿੱਚ ਮਿਲਣਗੇ ਹਾਈ ਜੰਪ 1.10 ਮੀਟਰ ਤਿੰਨ ਚਾਂਸ ਮੇਲ ਕੈਂਡੀਡੇਟ ਲਈ ਫੀਮੇਲ ਕੈਂਡੀਡੇਟ ਲਈ ਤੁਸੀਂ ਇਹ ਦੇਖ ਸਕਦੇ ਆ 800 ਮੀਟਰ ਰੇਸ ਹੋਊਗੀ 4.5 ਮਿੰਟ ਦੇ ਵਿੱਚ ਲੋング ਜੰਪ 3 ਮੀਟਰ ਦਾ ਤੇ ਹਾਈ ਜੰਪ 0.95 ਮੀਟਰ ਦਾ ਤਿੰਨ ਤਿੰਨ ਚਾਂਸ ਇਹਨਾਂ ਦੇ ਹੋਣਗੇ। ਬਾਕੀ ਐਕਸ ਸਰਵਿਸਮੈਨ ਲਈ ਥੋੜੀ ਜੀ ਇਹ ਸ਼ੋਰ ਟੈਸਟ ਦੇ ਵਿੱਚ ਠੀਕ ਹੈ। ਸੋ ਇਹ ਕੁਝ ਹੋਊਗਾ। ਸੋ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਆ ਇਸ ਪੇਪਰ ਦੀ ਤਾਂ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਲਓ। ਰੈਗੂਲਰ ਕਲਾਸਾਂ ਤੁਹਾਡੀਆਂ ਪਾਈਆਂ ਜਾ ਰਹੀਆਂ ਏ ਤੇ ਪੇਪਰ ਦੀ ਫੀਸ ਵਗੈਰਾ ਦੇਖ ਲਓ ਇਹ ਕਿੰਨੀ-ਕਿੰਨੀ ਆ ਅਲੱਗ-ਅਲੱਗ ਕੈਟਾਗਰੀ ਵਾਈਜ਼ ਠੀਕ ਹੈ। ਸੋ ਨੰਬਰ ਦੇ ਉੱਤੇ ਮੈਸੇਜ ਸਾਰੇ ਜਾਣੇ ਜ਼ਰੂਰ ਕਰ ਲਓ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਪੁੱਛ ਲਿਓ ਪਰ ਜੋ ਗੱਲਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਉਹਨਾਂ ਬਾਰੇ ਨਾ ਪੁੱਛਿਓ ਠੀਕ ਹੈ ਬਾਕੀ ਪੇਪਰ ਦੀ ਐਗਜ਼ਾਮ ਡੇਟ ਦੀ ਜੇ ਆਪਾਂ ਗੱਲ ਕਰੀਏ ਪੇਪਰ ਤੁਹਾਡਾ ਇਹ ਅ ਸਤੰਬਰ ਜਾਂ ਅਗਸਤ ਤੱਕ ਹੋਣ ਦੇ ਚਾਂਸ ਹੈ ਫਿਲਹਾਲ ਕੁਝ ਵੀ ਨਹੀਂ ਕਹਿ ਸਕਦੇ ਐਗਜ਼ਾਮ ਡੇਟ ਬਾਰੇ ਪਰ ਜੋ ਮੇਰਾ ਅ ਐਸਟੀਮੇਟ ਹੈ ਉਸ ਹਿਸਾਬ ਨਾਲ ਇਹ ਤੁਹਾਡਾ ਸਤੰਬਰ ਜਾਂ ਅਗਸਤ ਦੇ ਵਿੱਚ ਪੇਪਰ ਹੋ ਜਾਊਗਾ ਠੀਕ ਹੈ ਸਾਰੇ ਜਾਣੇ ਮੈਸੇਜ ਕਰ ਲਓ ਧੰਨਵਾਦ